ਦਿਲਜੀਤ ਦੋਸਾਂਝ ਪੰਜਾਬੀ ਦਰਸ਼ਕਾਂ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿਲਜੀਤ ਹਮੇਸ਼ਾ ਆਪਣੀ ਫਿਲਮ 'ਚ ਕੁਝ ਨਵਾਂ ਹੀ ਕਰਦੇ ਨੇ, ਅਤੇ ਹੁਣ ਖਬਰ ਹੈ ਕਿ ਦਿਲਜੀਤ ਦੀ ਨਵੀਂ ਆਉਣ ਵਾਲੀ ਪੰਜਾਬੀ ਫਿਲਮ ਦੀ, ਜੋ ਵਰਲਡ ਵਾਰ 1 'ਤੇ ਆਧਾਰਿਤ ਹੋਵੇਗੀ, ਜਿਸ ਵਿੱਚ ਦਿਲਜੀਤ ਇੱਕ ਸਿੱਖ ਫੌਜੀ ਦਾ ਕਿਰਦਾਰ ਨਿਭਾਉਣਗੇ। ਦਿਲਜੀਤ ਨੇ ਆਪਣੇ ਇਸ ਰੋਲ ਲਈ ਕਾਫ਼ੀ ਮਿਹਨਤ ਕੀਤੀ ਹੈ ਅਤੇ ਇਸ ਫਿਲਮ ਦੇ ਨਾਂ ਦੀ ਵੀ ਘੋਸ਼ਣਾ ਹੋ ਚੁੱਕੀ ਹੈ। ਜੀ ਹਾਂ, ਇਸ ਫਿਲਮ ਦਾ ਨਾਂ ਹੈ ਜੀ ਸੱਜਣ ਸਿੰਘ ਰੰਗਰੂਟ, ਅਤੇ ਇਹ ਫਿਲਮ 23 ਮਾਰਚ 2018 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਕੀਤਾ ਅਤੇ ਫਿਲਮ ਦੇ ਜ਼ਿਆਦਾਤਰ ਹਿੱਸੇ ਨੂੰ ਲੰਡਨ ਵਿੱਚ ਫਿਲਮਾਇਆ ਗਿਆ। ਦਿਲਜੀਤ ਦੀ ਵਰਲਡ ਵਾਰ 1 'ਤੇ ਆਧਾਰਿਤ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕਾਂ 'ਚ ਹੁਣ ਤੋਂ ਹੀ ਤਾਂਘ ਬਣੀ ਹੋਈ ਹੈ ਅਤੇ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ। ਇਹ ਫਿਲਮ ਪੰਜਾਬੀ ਇੰਡਸਟਰੀ 'ਚ ਕੀ ਨਵੇਂ ਕੀਰਤਮਾਨ ਸਥਾਪਿਤ ਕਰੇਗੀ। ਪੰਜਾਬੀ ਇੰਡਸਟਰੀ ਦੀਆਂ ਹੋਰ ਖਬਰਾਂ ਅਤੇ ਗੋਸਿਪ ਜਾਣਨ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਵਿਜ਼ਿਟ ਕਰੋ ਪੰਜਾਬੀ ਬੋਲੀਵੁੱਡ .com।